अवतार सिंह जी, पाकिस्तानी क्रिकेटर शाहिद अफरीदी का कश्मीर बारे एक वड्डा जिहड़ा बयान आया है, तुसी किस तरीके नाल लैंदे हो उन्हां दे इस बयान नूं? हाँ जी, शाहिद अफरीदी पंजाब पाकिस्तान दे क्रिकेट टीम दे सीनियर मैंबर आ और वधिया बल्लेबाज दे तौर ते उन्हां दा जाणिया जांदा, क्रिकेट जगत विच उन्हां नूं जाणिया जांदा। ते उन्हां ने पिछले दिन इह बयान दित्ता वी पाकिस्तान कश्मीर दे मसले ते टंग नाड़ आवे। ਕਹਿੰਦਾ ਵੀ ਤੁਹਾਤੋਂ ਤਾਂ ਆਪਣੇ ਜਿਹੜੇ ਚਾਰ ਸਟੇਟਾਂ ਉਹ ਨਹੀਂ ਸਾਂਭੀਆਂ ਜਾਂਦੀਆਂ, ਵੀ ਦੇਸ਼ ਵਿੱਚ ਇੰਨੀ ਲਾ ਕਾਨੂੰਨੀ ਆ, ਇੰਨੀ ਗਰੀਬੀ ਆ, ਭੁੱਖਮਰੀ ਆ ਜਾਂ ਹੋਰ ਸਾਰਾ ਕੁਛ ਜੀ ਜੀ ਜੀ, ਵੀ ਤੁਸੀਂ ਹੁਣ ਕਸ਼ਮੀਰ ਵਿੱਚ ਵੀ ਜਿਸ ਤਰ੍ਹਾਂ ਟੰਗਾਂ ਉਡਾ ਰਹੇ ਹੋ, ਵੀ ਤੁਸੀਂ ਉੱਥੋਂ ਕੀ ਲੈ ਲਓਗੇ, ਉਹਨੂੰ ਕਿੱਦਾਂ ਤੁਸੀਂ ਚਲਾ ਲਓਗੇ, ਜੇ ਤੁਸੀਂ ਆਜ਼ਾਦ ਵੀ ਕਰਾ ਲੈਂਦੇ ਹੋ ਉਹਨੂੰ ਕਿਸ ਤਰ੍ਹਾਂ ਚਲਾ ਲਓਗੇ। ਅਤੇ ਇੱਕ ਤਰ੍ਹਾਂ ਨਾਲ ਭਾਰਤੀ ਮੀਡੀਆ ਨੇ ਔਰ ਖਾਸ ਕਰਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਹਦਾ ਸਵਾਗਤ ਕੀਤਾ ਜੀ, ਤੇ ਉਹਨਾਂ ਦਾ ਸਵਾਗਤ ਕਰਨਾ ਬਣਦਾ ਵੀ ਆ ਕਿਉਂਕਿ ਉਹਨਾਂ ਦੀ ਪੋਜੀਸ਼ਨ ਚੋਂ ਉਹ ਬਿਆਨ ਆਇਆ ਹੈਗਾ ਜੀ ਜੀ। ਤੇ ਹੁਣ ਤੁਸੀਂ ਇੱਕ ਟੋਲਰੈਂਸ ਦੇਖੋ ਵੀ ਕਿਸੇ ਵੀ ਹਾਲੇ ਵੀ ਮੇਰੇ ਖਿਆਲ ਕਿਸੇ ਵੀ ਪਾਕਿਸਤਾਨੀ ਅਖਬਾਰ ਨੇ, ਮੀਡੀਆ ਨੇ ਜਾਂ ਕਿਸੇ ਪੋਲੀਟੀਸ਼ੀਅਨ ਨੇ ਸ਼ਾਹਿਦ ਅਫਰੀਦੀ ਨੂੰ ਗਦਾਰ ਨਹੀਂ ਕਿਹਾ ਔਰ ਦੇਸ਼ਧਰੋਹ ਵੀ ਨਹੀਂ ਕਿਹਾ, ਹੁਣ ਦੇਸ਼ਧਰੋਹੀ ਵੀ ਨਹੀਂ ਕਿਹਾ। ਇਹੋ ਹੀ ਗੱਲ ਜੇ ਕੋਈ ਭਾਰਤ ਵਿੱਚ ਕੋਈ ਬੰਦਾ ਕਹਿ ਦਿੰਦਾ ਨਵਜੋਤ ਸਿੱਧੂ ਉੱਥੇ ਗਏ, ਇੱਕ ਸਰਕਾਰੀ ਸੱਦੇ ਤੇ ਗਏ ਤੇ ਆਰਮੀ ਆਫਿਸਰ ਨਾਲ ਇੱਕ ਤਰ੍ਹਾਂ ਨਾਲ ਉਹਨਾਂ ਨੇ ਹੱਥ ਮਿਲਾਇਆ, ਜੱਫੀ ਪਾ ਲਈ ਤੇ ਉਦੋਂ ਗਦਾਰੀਆਂ ਤੱਕ ਦੇ ਤਗਮੇ ਦੇ ਤੇ। ਸ਼ਾਹਿਦ ਅਫਰੀਦੀ ਅੱਜ ਵੀ ਇੱਕ ਬਿਲਕੁਲ ਇੱਕ ਸਟੇਟਸਮੈਨ ਦੇ ਤੌਰ ਤੇ ਵਿਚਾਰ ਹੈ, ਠੀਕ ਹੈ ਉਹਦੇ ਵਿਚਾਰ ਹੈ, ਡੈਮੋਕ੍ਰੇਸੀ ਵਿੱਚ ਉਹਨੂੰ ਵਿਚਾਰ ਰੱਖਣ ਦਾ ਹੱਕ ਹੈ ਔਰ ਅਸੀਂ ਉਹਦੇ ਹੱਕ ਵਿਚਾਰਾਂ ਦੀ ਹਮਾਇਤ ਕਰਦੇ ਹਾਂ। ਜੇ ਉਹਨੂੰ ਲੱਗਦਾ ਹੈ ਵੀ ਉਹ ਕਸ਼ਮੀਰ ਨੂੰ ਨਹੀਂ ਸਾਂਭ ਸਕਣਗੇ, ਵੀ ਵਾਈ ਦੇ ਆਰ ਇਨਵੋਲਵਡ ਇਨ ਦੈਟ ਥਿੰਗ, ਹੈਨਾ। ਤੇ ਪਰ ਤੁਸੀਂ ਇਹ ਦੇਖੋ ਵੀ ਟੋਲਰੈਂਸ ਕਿੰਨੀ ਆ, ਟੋਲਰੈਂਸ ਦਾ ਲੈਵਲ ਕੀ ਹੈ, ਲੈਵਲ ਕੀ ਆ ਵੀ ਇੱਕ ਪਾਕਿਸਤਾਨ ਜਿਹਨੂੰ ਅੱਤਵਾਦੀ ਮੁਲਕ ਕਿਹਾ ਜਾਂਦਾ ਹੈ ਜੀ, ਉਹਦੇ ਪੋਲੀਟੀਸ਼ੀਅਨਸ ਤੇ ਮੀਡੀਆ ਦੀ ਟੋਲਰੈਂਸ ਦੇਖੋ, ਤੇ ਭਾਰਤ ਆ ਜਿਹਨੂੰ ਡੈਮੋਕ੍ਰੈਟਿਕ ਕੰਟਰੀ ਕਿਹਾ ਜਾਂਦਾ। ਤੁਸੀਂ ਇਹ ਗੱਲ, ਨਵਜੋਤ ਸਿੱਧੂ ਵਾਲਾ ਬਿਲਕੁਲ ਐਪੋਸੀਟ ਸਾਡੇ ਸਾਹਮਣੇ ਆ ਜੀ ਜੀ, ਪੂਰੇ ਸਾਰੇ ਟੈਲੀਵਿਜ਼ਨ ਚੈਨਲਾਂ ਨੇ ਉਹਨੂੰ ਗਦਾਰ ਤੱਕ ਕਿਹਾ ਬਿਲਕੁਲ, ਵੀ ਦੇਸ਼ ਨੂੰ ਵੇਚ ਆਇਆ ਜੀ, ਇਹ ਕਰਤਾ ਵੋ ਕਰਤਾ। ਉੱਧਰ ਸ਼ਾਹਿਦ ਅਫਰੀਦੀ ਉਹ ਕਿੰਨਾ ਵੱਡਾ ਬਿਆਨ ਹੈ ਜੀ 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 ਜੀ, ਬਿਲਕੁਲ। ਤੁਸੀਂ ਦੇਖਿਆ ਜਾਵੇ ਪਾਕਿਸਤਾਨ ਦੀ ਸਾਰੀ ਫੋਰਨ ਪਾਲਿਸੀ ਕਸ਼ਮੀਰ ਤੇ ਖੜੀ ਹੈ, ਤੁਸੀਂ ਉਹਦੀ ਸਾਰੀ ਫੋਰਨ ਪਾਲਿਸੀ ਨੂੰ ਉਲਟਾ ਕੇ ਰੱਖ ਦਿੱਤਾ, ਇੱਕ ਬਿਆਨ ਨੂੰ ਚੈਲੰਜ ਕਰ ਰਹੇ ਹੋ, ਉਹਨੂੰ ਚੈਲੰਜ ਕਰ ਰਹੇ ਹੋ, ਜਿਹਨੇ ਪਾਕਿਸਤਾਨ ਦਾ ਹੋਂਦ ਹੀ ਉਸ ਤੇ ਖੜੀ ਹੈਗੀ ਹੈ, ਏਡੀ ਵੱਡੀ ਹੋਂਦ ਨੂੰ ਚੈਲੰਜ ਕਰਨ ਵਾਲਾ ਵਿਅਕਤੀ ਇੱਕ ਸਧਾਰਨ ਸਿਟੀਜ਼ਨ ਦੇ ਤੌਰ ਤੇ ਰਹਿ ਰਿਹਾ ਹੈ, ਇਹ ਕੰਪੈਰੀਜ਼ਨ ਕਰਨ ਦੀ ਲੋੜ, ਠੀਕ ਹੈ ਉਹਦੇ ਵਿਚਾਰ ਅੱਜ ਭਾਰਤ ਨੂੰ ਚੰਗੇ ਲੱਗਦੇ ਆ, ਉਹਦਾ ਸਤਿਕਾਰ ਕਰਨਾ ਬਣਦਾ ਔਰ ਸਤਿਕਾਰ ਕੀਤਾ ਜਾਣਾ ਚਾਹੀਦਾ, ਪਰ ਜਦੋਂ ਤੁਹਾਡੇ ਮੁਲਕ ਵਿੱਚ ਵੀ ਤੁਹਾਡੀਆਂ ਕਮਜ਼ੋਰੀਆਂ ਦੇ ਖਿਲਾਫ ਆਵਾਜ਼ ਉੱਠਦੀ ਹੈ ਉਹਦਾ ਵੀ ਸਤਿਕਾਰ ਕੀਤਾ ਜਾਣਾ ਬਿਲਕੁਲ, ਔਰ ਉਦੋਂ ਪੱਤਰਕਾਰਾਂ ਨੂੰ ਕਤਲ ਨਹੀਂ ਕਰਵਾ ਦੇਣਾ ਚਾਹੀਦਾ। ਇਹ ਜਿਹੜਾ ਹੈ ਕਿਤਨਾ ਕਿਤੇ ਜਿਹੜਾ ਕੰਪੈਰੀਜ਼ਨ ਹੈ, ਇਹ ਸਰਕਾਰਾਂ ਨੂੰ ਵੀ ਇਹ ਦੇਖਣਾ ਚਾਹੀਦਾ ਹੈ ਕਿ ਜੇ ਸਾਡਾ ਕਹੀਏ ਕਿ ਗਵਾਂਢੀ ਮੁਲਕ ਦੇ ਵਿੱਚ ਇੰਨੀ ਟੋਲਰੈਂਸ ਹੈ ਤਾਂ ਫਿਰ ਸਾਨੂੰ ਇੱਥੇ ਨੈਸ਼ਨਲਿਜ਼ਮ ਨੂੰ ਲੈ ਕੇ ਅਸੀਂ ਇੰਨਾ ਰੌਲਾ ਕਿਉਂ ਪਾਉਂਦੇ ਹਾਂ, ਕਿਤੇ ਇਹ ਤਾਂ ਨਹੀਂ ਕਿ ਅਸੀਂ ਵੋਟ ਪੋਲੀਟਿਕਸ ਲੈਣਾ ਚਾਹੁੰਦੇ ਹਾਂ, ਜਾਂ ਕਿਤੇ ਨਾ ਇਹ ਤਾਂ ਨਹੀਂ ਕਿ ਅਸੀਂ ਵੋਟ ਪੋਲੀਟਿਕਸ ਦੇ ਵਿੱਚੋਂ ਆਪਣੀਆਂ ਵੋਟਾਂ ਜਿਹੜੀਆਂ ਉਹ ਕੈਸ਼ ਕਰਨੀਆਂ ਚਾਹੁੰਦੇ ਹਾਂ।